ਪਟਿਆਲਾ ਸ਼ਹਿਰ ਦੇ ਜੰਪਲ ਕੇਕੇ ਸ਼ਰਮਾ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀਆਰਟੀਸੀ ਦਾ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸਮੂਹ ਵਰਕਰਾਂ ਅਤੇ ਦੁਕਾਨਦਾਰਾਂ ਵੱਲੋਂ ਕੇਕੇ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਕੇ ਸ਼ਰਮਾ ਨੇ ਆਖਿਆ ਕਿ ਪੀਆਰਟੀਸੀ ਦੀ ਨੁਹਾਰ ਹੁਣ ਬਦਲ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਨਿੱਜੀ ਕੰਪਨੀਆਂ ਦੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਆਏ ਹੋਏ ਲੋਕਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਪਟਿਆਲੇ ਸ਼ਹਿਰ ਨੇ ਹਮੇਸ਼ਾ ਬਹੁਤ ਵੱਡੀ ਲੀਡ ਦਿੱਤੀ ਹੈ ਮਹਾਰਾਜ ਸਾਹਿਬ ਅਤੇ ਮਹਾਰਾਣੀ ਸਾਹਿਬ ਨੂੰ। ਇਸ ਵਾਰ ਲੋਕਾਂ ਦਾ ਉਤਸ਼ਾਹ ਇੰਨਾ ਸੀ, ਕਾਂਗਰਸ ਪਾਰਟੀ ਦੇ ਵਰਕਰਾਂ ਨੇ, ਸ਼ਹਿਰ ਦੇ ਲੋਕਾਂ ਨੇ ਬੜੀ ਮਿਹਨਤ ਕੀਤੀ ਕਿ 52,400 ਦੀ ਲੀਡ ਜਿਹੜੀ ਹੈ ਪੰਜਾਬ ਦੀ ਨੰਬਰ 1 ਲੀਡ ਸੀ। ਉਸ ਤੋਂ ਖੁਸ਼ ਹੋ ਕੇ ਮਹਾਰਾਜ ਸਾਹਿਬ ਨੇ ਪਟਿਆਲੇ ਦੇ ਲੋਕਾਂ ਦਾ ਜਿਹੜਾ ਧੰਨਵਾਦ ਕਰਨਾ ਸੀ ਸ਼ਹਿਰੀਆਂ ਦਾ, ਉਹ ਮੇਰੇ ਰਾਹੀਂ ਕੀਤਾ ਕਿ ਮੈਨੂੰ ਚੇਅਰਮੈਨ ਬਣਾ ਕੇ ਨਵਾਜਿਆ। ਔਰ ਇਹਦੇ ਨਾਲ ਪਟਿਆਲੇ ਸ਼ਹਿਰ ਦੇ ਲੋਕਾਂ 'ਚ ਬਹੁਤ ਖੁਸ਼ੀ ਦੀ ਲਹਿਰ ਆਈ ਹੈ ਕਿ ਮਹਾਰਾਜ ਸਾਹਿਬ ਨੇ ਆਪਣੇ ਬੰਦਿਆਂ ਦਾ ਮਾਨ ਸਨਮਾਨ ਕੀਤਾ।